ਦੀਆਂ ਬਹਾਦਰ ਜਥੇਬੰਦੀਆਂ ਨੇ ਉਹ ਮੋਦੀ ਔਰ ਲੋਕਾਂ ਦੇ ਲੋਕਾਂ ਦੇ ਰੋਲ ਦੇ ਚੁੱਕਿਆ ਪੂਰੇ ਤਰੀਕੇ ਦੇ ਨਾਲ ਸ਼ਾਂਤ ਹੈ, ਆਵਾਜਾਈ ਪੂਰੇ ਤਰੀਕੇ ਦੇ ਨਾਲ ਠੱਪ ਹੋਈ ਹੋਈ ਹੈ। ਕਾਰਨ ਉਹਦਾ ਇਹੀ ਹੈ, ਅੱਜ ਜਲੰਧਰ ਦੇ ਵਿੱਚ ਭਾਰਤ ਬੰਦ ਦੀ ਕੌਲ ਦੇ ਤਹਿਤ ਦੇ ਜਿਹੜੇ ਕਿਸਾਨ ਬੈਠੇ ਹੋਏ ਨੇ ਪੂਰੇ ਭਾਰਤ ਦੇ ਵਿੱਚ, ਜਿੱਥੇ ਇੱਕ ਪਾਸੇ ਸਾਰੀ ਆਵਾਜਾਈ ਠੱਪ ਹੈ, ਉੱਥੇ ਹੀ ਜਲੰਧਰ ਹਾਈਵੇ ਦੇ ਉੱਤੇ ਕਿਸਾਨ ਇਸ ਵੇਲੇ ਬੈਠੇ ਹੋਏ ਨੇ। ਤਸਵੀਰਾਂ ਦੇਖ ਸਕਦੇ ਹੋ, ਮਗਰ ਜਿਹੜੇ ਸੰਬੋਧਨ ਕੀਤਾ ਜਾ ਰਿਹਾ ਕਿਸਾਨ ਵਰਗ ਦੇ ਨਾਲ, ਬੀਬੀਆਂ ਵੀ ਨਾਲ ਮੌਜੂਦ ਨੇ ਜਿਹੜੇ ਰੋਜ਼ ਪ੍ਰਦਰਸ਼ਨ ਕਰ ਰਹੀਆਂ ਨੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ। ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਦੀ ਜਿਹੜੀ ਗੱਲ ਆਖੀ ਜਾ ਰਹੀ ਸੀਗੀ ਬੀਤੇ ਦਿਨਾਂ ਦੇ ਵਿੱਚ, ਅੱਜ ਉਹ ਜਲੰਧਰ ਦੇ ਵਿੱਚ ਹਾਈਵੇ ਜਾਮ ਕਰਕੇ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਜੋ ਹਾਲਾਤ ਬਣੇ ਨੇ ਲਾਈਵ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਦਿਖਾ ਰਹੇ ਹਾਂ। ਅਸੀਂ ਲੋਕਾਂ ਨੂੰ ਪੈਨਸ਼ਨ ਦੇ ਦਿੱਤੀ, ਇਹ ਸਾਰਾ ਕੁਝ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਅੱਜ ਸਾਰੇ ਲੋਕਾਂ ਨੂੰ ਇਕੱਠੇ ਹੋਣ ਲਈ ਕੱਲੇ ਕੱਲੇ ਲੜਨ ਦੀ ਬਜਾਏ ਜਿਸ ਤਰ੍ਹਾਂ ਅੱਜ ਕਿਸਾਨ ਜਥੇਬੰਦੀਆਂ ਨਾਲ ਆਪਾਂ ਲੜ ਕੇ ਸਮਰਥਨ ਦੇ ਵਿੱਚ ਹੈ, ਇਸੇ ਤਰ੍ਹਾਂ ਜਿਹੜੇ ਆਪਾਂ ਲੜੀਏ ਆਪਣੇ ਨਾਲ ਵੀ ਲੋਕ ਸਮਰਥਨ ਦੇ ਨਾਲ ਸਾਂਝੀਆਂ ਕਰਦੇ ਪਏ ਹਾਂ। ਜਲੰਧਰ ਦੇ ਬੀਜੇਪੀ ਬਣੀਆਂ ਹੋਈਆਂ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਦੇ ਨਾਲ ਵੀ ਜਿਹੜਾ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜੋ ਤਸਵੀਰਾਂ ਬਣੀਆਂ ਪਰ ਮੈਂ ਤੁਹਾਨੂੰ ਇੱਥੇ ਅਪਡੇਟ ਦੇ ਰਿਹਾ, ਜਲੰਧਰ ਤੋਂ ਅੰਮ੍ਰਿਤਸਰ ਹਾਈਵੇ ਤੇ ਜਾਣ ਵਾਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਜ਼ਰੂਰ ਪੈ ਸਕਦਾ। ਕੋਲ ਵੀ ਜਿਹੜਾ ਉਹ ਕਿਸਾਨ ਬੈਠੇ ਹੋਏ ਨੇ, ਜੇਕਰ ਮੈਂ ਜਲੰਧਰ ਤੋਂ ਗੱਲ ਕਰਨ ਤੇ ਗੁਰਦਾਸਪੁਰ ਵਾਲੇ ਵੀ ਜਿਹੜਾ ਉਹ ਕਿਸਾਨਾਂ ਵੱਲੋਂ ਹਾਈਵੇ ਬੰਦ ਕੀਤਾ ਗਿਆ ਵਾ, ਫਗਵਾੜੇ ਦੇ ਕੋਲ ਵੀ ਕਿਸਾਨ ਬੈਠੇ ਹੋਏ ਨੇ, ਪਰ ਜਿਹੜਾ ਇਹ ਮੌਜੂਦਾ ਸਮੇਂ ਤੇ ਜਿੱਥੇ ਅਸੀਂ ਖੜੇ ਹੋਏ ਆ ਪੀਏਪੀ ਚੌਂਕ ਤੋਂ ਨਾਲ ਦਾ ਹੀ ਫਲਾਈਓਵਰ, ਉੱਥੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਪੂਰੀ ਆਵਾਜਾਈ ਠੱਪ ਕਰ ਦਿੱਤੀ ਗਈ ਹੈ, ਸ਼ਹਿਰ ਦੇ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਵੀ ਜਿਹੜਾ ਉਹ ਜਲੰਧਰ ਕਹਿੰਦਾ ਰਸਤਾ ਬਣਾਉਣ ਲਈ ਪੁਲਿਸ ਵੱਲੋਂ ਗੱਲ ਆਖੀ ਜਾ ਰਹੀ ਹੈ। ਪਰ ਇਹ ਤਸਵੀਰਾਂ ਜਿਹੜੀਆਂ ਨੇ ਕਿ ਕਿਸਾਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ 4 ਵਜੇ ਤੱਕ ਜਿਹੜਾ ਕਿ ਨਿਰੰਤਰ ਜਾਰੀ ਰਹਿਣਗੀਆਂ, 4 ਵਜੇ ਤੱਕ ਜਿਹੜਾ ਕਿ ਅਸੀਂ ਇੱਥੇ ਰੋਸ ਪ੍ਰਦਰਸ਼ਨ ਬੈਠ ਕੇ ਕਰਾਂਗੇ। ਹਾਲਾਂਕਿ ਸਵੇਰ ਦੀ ਜ਼ਰੂਰ ਕੌਲ ਸੀਗੀ ਜਲੰਧਰ ਦੇ ਅੰਦਰੂਨੀ ਸ਼ਹਿਰਾਂ ਦੀ, ਜੇ ਮੈਂ ਗੱਲ ਕਰਾਂ ਤੇ ਬੱਸ ਸਟੈਂਡ ਦੀ ਗੱਲ ਕਰਾਂ ਤੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਪੂਰੇ ਤਰੀਕੇ ਦੇ ਨਾਲ ਬੰਦ ਨੇ। ਸ਼ਹਿਰ ਦੇ ਵਿੱਚ ਵੀ ਅਧਿਕਤਰ ਜਿਹੜੀਆਂ ਦੁਕਾਨਾਂ ਬੰਦ ਨੇ, ਹਾਲਾਂਕਿ ਪ੍ਰਾਈਵੇਟ ਤੇ ਸਰਕਾਰੀ ਬੈਂਕਾਂ ਵੱਲੋਂ ਆਪਣੇ ਅਦਾਰੇ ਖੋਲ ਕੇ ਰੱਖੇ ਗਏ ਨੇ, ਵੱਖ ਵੱਖ ਜਿਹੜੇ ਨੇ ਕਿ ਅਦਾਰੇ ਉਹ ਵੀ ਖੁੱਲੇ ਹੋਏ ਨੇ। ਪਰ 12 ਵਜੇ ਤੋਂ ਬਾਅਦ ਜੋ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਉਹ ਤੁਸੀਂ ਦੇਖ ਸਕਦੇ ਹੋ, ਪੁਲਿਸ ਪ੍ਰਸ਼ਾਸਨ ਇਸ ਵੇਲੇ ਆਪਣੀਆਂ ਟੀਮਾਂ ਦੇ ਨਾਲ ਮੌਜੂਦ ਹੈ, ਪਰ ਕਿਸਾਨ ਜਥੇਬੰਦੀਆਂ ਇਸ ਵਕਤ ਪੂਰੀਆਂ ਉਹ ਲੱਗੀਆਂ ਹੋਈਆਂ ਨੇ। ਮੁਕੇਸ਼ ਜੀ ਕਿਵੇਂ ਵੇਖਦੇ ਪਏ ਹੋ, ਸਮਰਥਨ ਕਿਵੇਂ ਦਾ ਮਿਲ ਰਿਹਾ? ਦੇਖੋ ਜੀ, ਇਹ ਪਹਿਲੀ ਵਾਰੀ ਹੋਇਆ ਆ, ਅੱਜ ਹਰ ਵਰਗ ਜਿਹੜਾ ਆ ਇਹ ਸੂਬਾ ਸਰਕਾਰਾਂ ਤੋਂ ਕੇਂਦਰ ਸਰਕਾਰਾਂ ਤੋਂ ਦੁਖੀ ਹੋ ਕੇ ਅੱਜ ਕਿਸਾਨ ਜਥੇਬੰਦੀਆਂ ਟ੍ਰੇਡ ਯੂਨੀਅਨ ਦੀ ਇੱਕ ਅਪੀਲ ਤੇ ਅੱਜ ਪੂਰਨ ਭਾਰਤ ਬੰਦ ਆ। ਮੈਂ ਭੋਗਪੁਰ ਦੇ ਵਿੱਚੋਂ ਆਇਆ ਆ, ਹੁਣੇ ਉੱਥੇ ਸਾਰੀ 100% ਬੰਦ ਕਰਕੇ ਉਹ ਦੁਕਾਨਦਾਰ ਵੀਰ ਸਾਡੇ ਨਾਲ ਬੈਠੇ ਆ। ਇਸੇ ਤਰ੍ਹਾਂ ਤੁਸੀਂ ਆਲਾ ਦੁਆਲਾ ਜਲੰਧਰ ਜੋ ਮੀਡੀਆ ਤੋਂ ਰਿਪੋਰਟਾਂ ਆ ਰਹੀਆਂ, ਸਾਨੂੰ ਪੂਰਨ ਸਮਰਥਨ ਮਿਲ ਰਿਹਾ।
ਪਰ ਮੁਕੇਸ਼ ਜੀ ਗੱਲ ਫਿਰ ਉੱਥੇ ਆਉਂਦੀ ਹੈ, ਜ਼ਰੂਰ ਚੁੱਭੇਗੀ ਤੁਹਾਨੂੰ, ਕਿਸਾਨਾਂ ਦਾ ਛਵੀ ਜਿਹੜੀ ਹੈ ਕਿ ਫਿਰ ਉਸ ਤਰੀਕੇ ਦੇ ਨਾਲ ਹੀ ਹੈ, ਲੋਕਾਂ ਦਾ ਫਿਰ ਗੁੱਸਾ ਉਸੇ ਤਰੀਕੇ ਨਾਲ ਹੈ ਕਿ ਕੋਈ ਖੱਜਲ ਖਰਾਬੀ ਦੀ ਗੱਲ ਆਖੀ ਜਾ ਰਹੀ ਹੈ। ਮੀਟਿੰਗਾਂ ਦਾ ਦੌਰ ਹਾਲਾਂਕਿ ਰਾਤ ਨੂੰ ਵੀ ਚੱਲਿਆ, ਕੋਈ ਸਿੱਟਾ ਨਿਕਲਦਾ ਦਿਸਦਾ ਪਿਆ ਕਿ ਇਹ ਇਸ ਤਰੀਕੇ ਨਾਲ ਇਮੇਜ ਜਿਹੜੀ ਕਿ ਬੰਦੀ ਜਾਏਗੀ ਤੇ ਕਿਸਾਨਾਂ ਨੂੰ ਕੋਈ ਪਰਵਾਹ ਨਹੀਂ ਹੋਏਗੀ। 22 ਕਰੋੜ ਛੋਟਾ ਕਾਰੋਬਾਰੀ ਆ, ਅੱਜ ਆਪਣੀਆਂ ਦੁਕਾਨਾਂ ਬੰਦ ਕਰਕੇ ਸਾਡੇ ਨਾਲ ਬੈਠਾ ਆ। ਜੇ ਸਾਡੇ ਨਾਲ ਰਾਜ ਹੁੰਦਾ ਸਾਡੀ ਬੇਨਤੀ ਤੇ ਬੰਦ ਨਾ ਕਰਦਾ। ਇਹ ਜੇ ਉਹਨੀ ਸਾਡੇ ਤੇ ਤਸ਼ੱਦਦ ਢਾਈ ਆ, ਜਾਇਜ਼ ਮੰਗਾਂ ਸਾਡੀਆਂ ਜਿਹੜੀਆਂ ਮੰਗੀਆਂ ਇੱਕੋ ਹੀ ਮੰਗਾਂ ਸਾਡੀਆਂ ਸਾਰਿਆਂ ਦੀਆਂ, SKM ਨੇ ਐਕਸ਼ਨ ਲਿਆ, ਹੋਰ ਜਥੇ ਕਰਕੇ ਹੀ 6 ਵਜੇ ਐਤਵਾਰ ਦੀ ਦੁਬਾਰਾ ਮੀਟਿੰਗ ਰੱਖੀ ਆ। SKM ਨੂੰ ਵੀ ਹੁਣ ਸੱਦਾ ਆ ਰਿਹਾ, ਕਹਿੰਦੇ ਸੱਦਾ ਆਵੇ ਨਾ ਆਵੇ, ਅਸੀਂ ਕੇਂਦਰ ਵੱਲੋਂ ਨਹੀਂ, ਮੇਰੇ ਤੱਕ ਅਜੇ ਗੱਲ ਨਹੀਂ ਪਹੁੰਚੀ। ਠੀਕ ਆ, ਇਹ ਜਿਹੜੀ ਹੁਣ ਸਾਡੀ ਟੀਮ ਇੱਕ ਲੜ ਰਹੀ ਆ, ਮੋਰੇ ਸਾਡੀਆਂ ਚਾਹੇ ਟੀਮਾਂ ਬਣ ਗਈਆਂ, ਲੜਾਈ ਸਾਡੀ ਇੱਕੋ ਹੀ ਆ। ਮੈਚ ਸਾਡੇ ਤੇ ਲੋਕ ਕਹਿ ਰਹੇ ਕਿ 2 ਫਾੜ ਵੀ ਹੋ ਗਏ ਨੇ, ਮੈਚ ਇੱਕੋ ਹੀ ਆ ਜੀ, ਸਾਡਾ ਮੈਚ ਇੱਕੋ ਹੀ ਆ। ਹੋ ਸਕਦਾ ਸਾਡੀਆਂ ਟੀਮਾਂ ਅਲੱਗ ਅਲੱਗ ਉਸ ਮੈਚ ਨੂੰ ਜਿੱਤਣ ਲਈ ਬਣ ਗਈਆਂ, ਜੇ ਉਹ ਸਾਡੀਆਂ ਉੱਥੇ ਲੜ ਰਹੀਆਂ ਬਾਰਡਰ ਤੇ ਪਿੱਛੋਂ ਜਥੇਬੰਦੀਆਂ ਪੂਰੀ ਤਰ੍ਹਾਂ ਲੜ ਰਹੀਆਂ, ਤੁਸੀਂ ਕੱਲ ਦਾ ਦੇਖੋ ਟੋਲ ਪਲਾਜ਼ੇ ਪੂਰਨ ਪੰਜਾਬ ਚ ਬੰਦ ਹੋਏ ਆ, ਰੇਲਾਂ ਰੋਕੀਆਂ ਗਈਆਂ 2 ਜਥੇਬੰਦੀਆਂ ਵੱਲੋਂ, ਨਾਲ ਹੀ ਸਾਰੀਆਂ ਜਥੇਬੰਦੀਆਂ ਚਾਹੇ ਹਰਿਆਣੇ ਦੇ ਬੈਠੇ ਆ, ਸਾਡੇ ਚਰੂਨੀ ਸਾਹਿਬ ਬੈਠੇ ਆ, ਟਕੈ ਸਾਹਿਬ ਬੈਠੇ, SKM ਦੇ ਜਿਹੜੇ ਪ੍ਰਮੁੱਖ ਲੀਡਰ ਆ ਵਿੱਚ, ਉਹ ਸਾਰਿਆਂ ਨੇ ਇਹੋ ਗੱਲ ਕਹੀ ਵੀ ਅਸੀਂ ਤਿਆਰ ਆ। ਸਵਾਲ ਹੈ, ਤਸਵੀਰ ਅੱਜ ਸਵੇਰੇ ਜੋ ਨਿਕਲ ਕੇ ਆਈ ਬਹੁਤ ਮੰਦ ਭਾਗੀ, ਕਿਸਾਨ ਦੀ ਫੌਤ ਵੀ ਹੋਈ ਆ ਉੱਥੇ, ਜਿਸ ਤਰੀਕੇ ਨਾਲ ਅੰਦੋਲਨ ਵੱਧਦਾ ਜਾਏਗਾ, ਜਿੱਦਾਂ ਤਿੱਖਾ ਸੰਘਰਸ਼ ਹੋ ਰਿਹਾ, ਜੋ ਹਰਿਆਣਾ ਪੁਲਿਸ ਵੱਲੋਂ ਕਾਰਵਾਈਆਂ ਵੀ ਹੋ ਰਹੀਆਂ ਨੇ, ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਹਾਲਾਤ ਖਰਾਬ ਹੋ ਜਾਣਗੇ ਤੇ ਸਾਰਥਕ ਵੀ ਨਿਕਲ ਜਾਣਾ ਚਾਹੀਦਾ ਵਾ। ਦੇਖੋ, ਅਸੀਂ ਪਹਿਲੇ ਅੰਦੋਲਨ 'ਚ 732 ਕਿਸਾਨ ਆਪਣੇ ਖੋਏ ਆ, ਸ਼ਹੀਦ ਹੋਏ ਆ, ਇਹ ਬੜੀ ਮੰਦਭਾਗੀ ਪਹਿਲੀ ਖਬਰ ਆਈ ਆ। 65 ਸਾਲ ਦੇ ਸਾਡੇ ਬਜ਼ੁਰਗ ਦੀ ਅੱਜ ਉੱਥੇ ਮੌਤ ਹੋ ਗਈ, ਅਸੀਂ ਉਹਦੇ ਲਈ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ ਸਾਰੇ, ਉਹਨਾਂ ਦੀ ਕੁਰਬਾਨੀ ਜਾਇਜ਼ ਨਹੀਂ ਜਾਊਗੀ, ਤੇ ਅਸੀਂ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਤੇ ਚੇਤਾਵਨੀ ਵੀ ਦਿੰਦੇ ਹਾਂ ਵੀ ਸਾਡੀਆਂ ਹੋਰ ਸ਼ਹਾਦਤਾਂ ਸਾਡਾ ਜ਼ੋਰ ਨਾ ਦੇਖੋ। ਹਾਲਾਂਕਿ ਅੱਜ ਦੀ ਕਾਲ ਤਾਂ ਪਹਿਲਾਂ ਤੋਂ ਦਿੱਤੀ ਗਈ ਸੀ, ਅੰਦੋਲਨ ਤੋਂ ਪਹਿਲਾਂ ਦੀ ਅੱਜ ਦੀ ਕਾਲ ਸੀਗੀ, ਪਰ ਜੋ ਤਸਵੀਰਾਂ ਵੀ ਉੱਥੇ ਨਿਕਲ ਕੇ ਸਾਹਮਣੇ ਆਈਆਂ, ਕੱਲ੍ਹ ਦੀ ਮੀਟਿੰਗ 'ਚ ਵੀ ਗੱਲ ਆਈ ਹੈ ਕਿ ਜੋ ਹਰਿਆਣਾ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਕਿਸਾਨਾਂ ਨੇ ਤਿੱਖਾ ਉਹਦਾ ਜਿਹੜਾ ਕਿ ਪ੍ਰਤੀਕਰਮ ਦਿੱਤਾ ਤੇ ਬਹੁਤ ਮੰਦਭਾਗਾ ਆਖਿਆ, ਕਿਵੇਂ ਵੇਖਦੇ ਪਏ ਹੋ ਕਿ ਜੋ ਪੰਜਾਬ ਦੀ ਹਦੂਦ ਦੇ ਅੰਦਰ ਕਾਰਵਾਈ ਹੋਈ ਹੈ ਤੇ ਪੰਜਾਬ ਸਰਕਾਰ ਦਾ, ਪੰਜਾਬ ਦੇ ਅਧਿਕਾਰੀਆਂ ਦਾ ਚੁੱਪ ਰਹਿਣਾ, ਇਹਨੂੰ ਕਿਵੇਂ ਵੇਖਦੇ ਪਏ ਨੇ ਕਿਸਾਨ ਭਾਈਚਾਰਾ? ਦੇਖੋ, ਪੰਜਾਬ ਸਰਕਾਰ ਦਾ ਰਵੱਈਆ ਤਾਂ ਸਾਰਾ ਕੁਝ ਸਾਹਮਣੇ ਆ ਰਿਹਾ ਹੈ। ਜੇ ਪੰਜਾਬ ਸਰਕਾਰ ਸਾਡੇ ਲਈ ਸੰਜੀਦਾ ਹੁੰਦੀ, ਉਹਨੀ ਤਾਂ ਪਹਿਲਾਂ ਤਾਂ ਬੜੀਆਂ ਜਦੋਂ ਚੋਣਾਂ 'ਚ ਆਉਣਾ ਸੀ ਵਾਅਦੇ ਕਰਦੇ ਸੀ, ਉਹਨਾਂ ਦੀ ਇੱਕ ਆਪਣੇ ਮੰਤਰੀ ਬੋਲਦੇ ਸੀਗੇ, ਫਿਰ CM ਸਾਹਿਬ ਆਪ ਬੋਲਦੇ ਸੀ, ਇੱਥੋਂ ਤੱਕ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਜੀ ਵੀ ਜਿੱਦਣ ਤਾਂ ਅਸੀਂ ਪੰਜਾਬ ਤੋਂ ਅੰਦੋਲਨ ਲੈਣ 2020 'ਚ ਗਏ ਸੀ, ਉਹਨਾਂ ਦਾ 21 ਅਕਤੂਬਰ ਨੂੰ ਇੱਕ ਟਵਿੱਟਰ ਆਉਂਦਾ ਆ ਵੀ ਕਿਸਾਨਾਂ ਨੂੰ MSP ਦੇਣੀ ਚਾਹੀਦੀ ਆ, ਜੇ ਕੇਂਦਰ ਨਹੀਂ ਦਿੰਦਾ ਸੂਬਾ ਸਰਕਾਰ ਦੇ ਸਕਦੀ ਆ ਰਾਜਾ ਜੀ, ਤੇ ਅੱਜ ਉਹਨਾਂ ਦੀਆਂ ਸਰਕਾਰਾਂ ਬੈਠੀਆਂ, ਜੇ ਕੈਪਟਨ ਦੇ ਕੋਲ ਅਧਿਕਾਰ ਹੈਗੇ ਤਾਂ ਅਧਿਕਾਰ ਇਹਨਾਂ ਕੋਲ ਵੀ ਹੈਗੇ ਆ। ਪਰ ਜਿਹੜੇ ਵਾਅਦੇ ਕਹਿੰਦੇ ਸੀ ਕੱਲ ਵੀ ਮੀਟਿੰਗ 'ਚ ਨਾਲ ਹੀ ਬੈਠੇ ਹੋਏ ਸੀਗੇ, ਉਹ ਨਹੀਂ, ਉਹ ਤਾਂ ਐਵੇਂ ਇੱਕ ਦਿਖਾਵਾ ਕਰ ਰਹੇ ਆ, ਪਰ ਉਸ ਅੰਦੋਲਨ ਨੇ ਲੋਕਾਂ ਨੂੰ ਬਹੁਤ ਕੁਝ ਸਿਖਾ ਦਿੱਤਾ ਆ, ਆਪਣੀ ਜਿਹੜੀ ਹੱਕ ਲੈਣੇ ਸਿਖਾ ਦਿੱਤੇ, ਇਹਨਾਂ ਦੇ ਚਿਹਰੇ ਨੰਗੇ ਕਰਨੇ। ਮੈਂ ਕੱਲੀ ਇਹਨਾਂ ਦੀ ਗੱਲ ਨਹੀਂ ਕਰੂੰਗਾ, ਮੈਂ ਸਾਰੀਆਂ ਪਾਰਟੀਆਂ ਦੀ ਕਰਦਾ ਆ। ਅੱਜ ਇੱਕ ਪਾਰਟੀ ਹੋਰ ਕਹਿ ਰਹੀ ਆ ਸਾਨੂੰ ਸੱਤਾ 'ਚ ਲਿਆਓ, ਅਸੀਂ ਤੁਹਾਨੂੰ ਨਾਲ ਹੀ MSP ਦੇਵਾਂਗੇ। ਜਿੱਦਣੇ ਵਿਰੋਧੀ ਦਲ 'ਚ ਬੈਠੇ ਹੁੰਦੇ ਆ ਉਦੋਂ ਤਾਂ ਇਹਨਾਂ ਨੂੰ ਕਿਸਾਨਾਂ ਬਾਰੇ ਬਹੁਤ ਕੁਝ ਚੇਤਾ ਆਉਂਦਾ ਆ, ਜਿੱਦਣ ਸਰਕਾਰ ਚਾਹੁੰਦੇ ਆ ਸਾਰਾ ਕੁਝ। ਮੈਂ ਇਹ ਵੀ ਇੱਕ ਕਹੂੰਗਾ, ਸਾਨੂੰ ਇਹ ਵੀ ਮੰਗ ਇੱਕ ਜੋੜਨੀ ਚਾਹੀਦੀ ਆ, ਜੋ ਵਾਅਦੇ ਪਾਰਟੀਆਂ ਸਾਡੀਆਂ ਕਰਦੀਆਂ ਇਹਨਾਂ ਦਾ ਐਫੀਡੇਵਿਟ ਮੰਨਿਆ ਜਾਵੇ, ਜਿਹੜੀ ਪਾਰਟੀ ਉਹ ਵਾਅਦੇ ਮੰਨ ਕੇ 5 ਸਾਲਾਂ 'ਚ ਨਹੀਂ ਪੂਰੇ ਕਰਦੀ, ਅਗਲੇ ਸਾਲ ਚੋਣ ਕਮਿਸ਼ਨਰ ਵੱਲੋਂ ਉਹਨਾਂ ਤੇ ਕਾਨੂੰਨ ਬਣਾਇਆ ਜਾਵੇ, ਉਹਨਾਂ ਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਹੀ ਨਾ ਹੋਵੇ, ਪਾਰਟੀ ਦੀ ਮਾਨਤਾ ਖਤਮ ਹੋਵੇ। ਇੱਕ ਅਪਡੇਟ ਤੁਹਾਡੇ ਕੋਲੋਂ ਜਾਣਨੀ ਚਾਹਾਂਗੇ ਕਿ ਇਹ ਜੋ ਮੰਜ਼ਰ ਆ, ਤਸਵੀਰਾਂ ਬਣੀਆਂ ਹੋਈਆਂ ਨੇ, ਕਿੰਨੇ ਵਜੇ ਤੱਕ ਇੱਥੇ ਰਹਿਣਗੀਆਂ? ਦੇਖੋ, ਜੋ ਸਾਡੀ ਕਾਲ ਸੀ ਇਹ 12 ਤੋਂ 4 ਅਸੀਂ ਰੋਡ ਰੋਕਣੇ ਆ, ਤੇ ਜਿਹੜੀਆਂ ਦੁਕਾਨਾਂ ਸੀ ਸਵੇਰ ਤੋਂ 4 ਵਜੇ ਤੱਕ ਬੰਦ ਕਰਨੀਆਂ, ਉਹਦੇ ਲਈ ਸਾਨੂੰ ਹਰ ਵਰਗ ਦਾ ਸਹਿਯੋਗ ਮਿਲਿਆ। ਉਹ ਤਸ਼ੱਦਦ ਦਾ ਵੀ ਇੱਕ ਕਾਰਨ ਆ, ਜਿਹੜਾ ਹਰ ਵਰਗ ਨਿਕਲ ਕੇ ਆਪਣਾ ਕਾਰੋਬਾਰ, ਤਸਵੀਰਾਂ ਨਿਕਲ ਕੇ ਜੋ ਤਸਵੀਰਾਂ ਨਿਕਲ ਕੇ ਆਈਆਂ,
ਅੱਜ ਆਪਣੇ ਆਪ ਆ ਕੇ ਸਾਡੇ ਨਾਲ ਬੈਠਾ ਉਹ ਤਸ਼ੱਦਦ ਦੇ ਖਿਲਾਫ 4 ਵਜੇ ਤੱਕ ਜਿਹੜਾ ਕਿ ਇੱਥੇ ਬੈਠੇ ਰਹੋਗੇ ਇੱਥੇ ਬਿਲਕੁਲ ਜੀ 4 ਵਜੇ ਸਮਾਪਤੀ ਉਸ ਤੋਂ ਬਾਅਦ ਜਿਹੜਾ ਕਿ ਸਾਰਾ ਹਾਈਵੇ ਖੋਲ ਦਿੱਤਾ ਜਾਵੇ ਉਸ ਤੋਂ ਬਾਅਦ ਅਸੀਂ ਚੱਲ ਜਾਵਾਂਗੇ ਫਿਰ 6 ਤਰੀਕ ਨੂੰ ਮੀਟਿੰਗ ਦਾ ਜੋ ਸਿੱਟਾ ਰਹੂਗਾ ਐਸਕੇਐਮ ਐਨ ਵੈਨੋ ਸਾਰਾ ਫੋਕਸ ਉਤਰਿਆ ਜਿੱਦਾਂ ਦਾ ਜੇ ਸਰਕਾਰ ਕੋਈ ਉਸ ਤੋਂ ਪਹਿਲਾਂ ਵੀ ਤਸ਼ੱਦਦ ਕਰੂਗੀ ਅਸੀਂ ਐਕਸ਼ਨ ਲੈਣ ਲਈ ਤਿਆਰ ਹਾਂ ਧੰਨਵਾਦ ਮੁਕੇਸ਼ ਜੀ ਧੰਨਵਾਦ ਇਹ ਤੁਸੀਂ ਗੱਲਬਾਤ ਸੁਣੀ ਹੈ ਮੁਕੇਸ਼ ਚੰਦਰ ਕਿਸਾਨ ਨੇ ਜਲੰਧਰ ਦੁਆਬੇ ਤੋਂ ਰਿਪ੍ਰੈਜ਼ੈਂਟ ਕਰਦੇ ਨੇ ਆਪਣੇ ਜਥੇਬੰਦੀ ਨੂੰ ਗੱਲਬਾਤ ਖੁੱਲ ਕੇ ਆਖੀ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਨੀਤੀਆਂ ਬਣੀਆਂ ਹੋਈਆਂ ਨੇ ਜੋ ਇਸ ਵੇਲੇ ਹਾਲਾਤ ਮੌਜੂਦਾ ਸਮੇਂ ਬਣੇ ਹੋਏ ਨੇ ਅਸੀਂ ਉਹਦਾ ਪੁਰਜ਼ੋਰ ਜਿਹੜਾ ਕਿ ਵਿਰੋਧ ਕਰਦੇ ਪਏ ਹਾਂ ਜੋ ਤਸਵੀਰਾਂ ਇਸ ਵੇਲੇ ਇੱਥੇ ਬਣੀਆਂ ਹੋਈਆਂ ਸੀਗੀਆਂ ਸਾਰੀਆਂ ਉਹ ਤੁਹਾਨੂੰ ਦਿਖਾਈਆਂ ਨੇ ਜਲੰਧਰ ਨੈਸ਼ਨਲ ਹਾਈਵੇ ਅੰਮ੍ਰਿਤਸਰ ਤੋਂ ਜਿਸ ਤਰੀਕੇ ਦੇ ਨਾਲ ਇਸ ਵੇਲੇ ਬਿਲਕੁਲ ਬੰਦ ਕਰ ਦਿੱਤਾ ਗਿਆ ਵਾ ਕਿਸੇ ਤਰੀਕੇ ਦੀ ਆਵਾਜਾਈ ਬੰਦ ਹੈ 4 ਵਜੇ ਤੱਕ ਤਸਵੀਰਾਂ ਇਸੇ ਤਰੀਕੇ ਦੇ ਨਾਲ ਰਹਿਣਗੀਆਂ ਅੱਗੇ ਤੁਹਾਨੂੰ ਹੋਰ ਅਪਡੇਟ ਦਿੰਦੇ ਰਵਾਂਗੇ ਜਿਸ ਪ੍ਰਕਾਰ ਦੇ ਨਾਲ ਕਿਸਾਨਾਂ ਵੱਲੋਂ ਅਪਡੇਟ ਕੀਤੀ ਜਾਏਗੀ ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰਭਜੀਤ ਸਿੰਘ ਨੂੰ ਦਿਓ ਜ਼ਿਆਦਾ ਧੰਨਵਾਦ।